प्रथम तहलका न्यूज। इस वक्त के लिए बड़ी खबर संगरूर से। आपको बता दें कि संगरूर जिले में उपचुनाव को लेकर सरगर्मियां तेज हो गई हैं। बता दें कि 23 जून को उपचुनाव के लिए वोटिंग होनी है। दरअसल पंजाब के सीएम भगवंत मान के इस्तीफे के बाद से ये सीट खाली हुई थी, तो वहीं अब उपचुनाव को लेकर सरगर्मियां तेज हो गई है और अकाली दल को अभी भी अपने उम्मीदवार की तलाश है। और इसी के तहत सिमरनजीत सिंह मान के घर अकाली नेता सुखबीर सिंह बादल पहुंचे हैं। दरअसल अकाली दल सिमरनजीत सिंह के साथ गठजोड़ करना चाहती है और एसजीपीसी प्रधान हरजिंदर सिंह धामी भी साथ में पहुंचे हैं। बता दें कि संगरूर लोकसभा सीट पर 23 जून को उपचुनाव के लिए वोटिंग होनी है और चुनाव की सरगर्मियां यहां पर तेज हो गई है। दरअसल पंजाब के मुख्यमंत्री भगवंत मान के इस्तीफे के बाद से ये सीट खाली हो गई थी, तो वही अब 23 जून को उपचुनाव के लिए वोटिंग होनी है। उपचुनाव को लेकर अकाली दल को अभी भी अपने उम्मीदवार की तलाश है। बता दें कि इसी कड़ी में अकाली नेता सुखबीर सिंह बादल सिमरनजीत सिंह मान के घर पहुंचे। दरअसल अकाली दल सिमरनजीत सिंह मान के साथ गठजोड़ करना चाह रही है, तो वहीं एसजीपीसी प्रधान हरजिंदर सिंह धामी भी साथ में पहुंचे और सिमरनजीत सिंह मान के साथ गठजोड़ को लेकर यहां पर ये चर्चा की गई है। वाहेगुरु जी का खालसा, वाहेगुरु जी की फतेह। पिछले दिन ही श्री अकाल तख्त साहब वालों एक अपील हुई सी श्रोमणी गुरुद्वारा प्रबंधक कमेटी ते समुची कौम नूं कि बंदी सिंह जिहड़े बहुत लंबे अरसे दे जेलां विच बैठे आ उहदे संबंध विच सांझे जतन किते जाण। उहनां जतनां दे विच 11 तरीक नूं पिछली नूं तेजा सिंह समुंदरी हाल दे विच समूह जथेबंदियां सारियां इकट्ठियां होईआं और उस इकट्ठ दे विच इक सुरता दा बड़ा वड्डा सबूत दित्ता गया, जिहदे विच श्रोमणी अकाली दल दे प्रधान सरदार सुखबीर सिंह जी बादल, श्रोमणी अकाली दल अमृतसर दे प्रधान सरदार सिमरनजीत सिंह जी मान ते होर जथेबंदियां सिख जथेबंदियां संपर्दामा निहंग सिंह ते दमदमी टकसाल सारे इकट्ठे होए सी। उहदी इक फिर 11 मैंबरी कमेटी जिहड़ी ਉਹ ਬਣਾਈ ਸੀ, ਜਿਹਦੀ 19 ਤਰੀਕ ਨੂੰ ਮੀਟਿੰਗ ਹੋਈ ਸੀ ਅਤੇ 19 ਤਰੀਕ ਨੂੰ ਇਹ ਫੈਸਲਾ ਹੋਇਆ ਸੀ ਕਿ ਆਪਾਂ ਸਮੂਹਿਕ ਤੌਰ 'ਤੇ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਨੂੰ ਅਤੇ ਵੱਖ ਵੱਖ ਸਟੇਟਾਂ ਦੇ ਜਿਹੜੇ ਚੀਫ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਮਿਲੀਏ। ਸੋ ਮੇਨ ਵਾਈ ਲਈ ਸਾਨੂੰ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ, ਉਹ ਤਾਂ ਸਾਡਾ ਪੋਰਟਲ ਰਾਹੀਂ ਆ ਗਏ ਵੀ ਰਸੀਟ ਹੋ ਗਈ ਆ, ਪਰ ਕੋਈ ਸਾਨੂੰ ਅੱਜ ਤੱਕ ਡੇਟ ਨਹੀਂ ਕੋਈ ਵੀ ਮਿਲੀ। ਅਤੇ ਅੱਜ ਸਮੂਹਿਕ ਤੌਰ 'ਤੇ ਉਸੇ ਕੰਸਟਰੈਕਟ ਦੇ ਵਿੱਚ ਜਥੇਦਾਰ ਅਕਾਲ ਤਖ਼ਤ ਨੇ ਫਿਰ ਅਪੀਲ ਕੀਤੀ ਕਿ ਸਮੁੱਚਾ ਪੰਥ ਇੱਕ ਥਾਂ ਇਕੱਤਰ ਹੋ ਕੇ ਸੰਗਰੂਰ ਦੀ 22 ਇਲੈਕਸ਼ਨ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਲਈ ਅਤੇ ਸਮੂਹਿਕ ਤੌਰ 'ਤੇ ਇੱਕ ਸੁਰਤਾ ਦੇ ਲਈ ਇਕੱਤਰ ਹੋ ਕੇ ਸਾਰੇ ਆਪਣੇ ਇੱਕ ਥਾਂ ਇਲੈਕਸ਼ਨ ਲੜਨ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਾਡੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ, ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਡੇ ਸੀਨੀਅਰ ਆਗੂ ਅਤੇ ਦਾਸ ਦੀ ਡਿਊਟੀ ਲੱਗੀ ਸੀ, ਅਸੀਂ ਮਾਨ ਸਾਹਿਬ ਨਾਲ ਬੈਠ ਕੇ ਵਿਚਾਰ ਕੀਤੀ ਆ ਔਰ ਇਸ ਵਿਚਾਰ ਦੇ ਵਿੱਚ ਅਸੀਂ ਇਹ ਵੀ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਸਾਰੇ ਇਕੱਠੇ ਹੋ ਕੇ, ਕਿਉਂਕਿ ਇਹ ਵੀ ਵਿੱਚ ਆ, ਇੱਕ ਸੁਰਤਾ ਦੇ ਨਾਲ ਇੱਕ ਕੈਂਡੀਡੇਟ ਦਈਏ। ਸੋ ਇਹਨਾਂ ਦੇ ਨਾਲ ਅੰਦਰ ਬੈਠ ਕੇ ਸਾਰੀ ਵਿਚਾਰ ਹੋਈ ਆ, ਇਹ ਵੀ ਹੁਣ ਆਪਣੀ ਵਿਚਾਰ ਪਾਰਟੀ ਨਾਲ ਕਰ ਲੈਣਗੇ। ਸਾਡੀ ਪਾਰਟੀ ਵੱਲੋਂ ਅਤੇ ਅਕਾਲ ਤਖ਼ਤ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਮੇਰੀ ਸੇਵਾ ਲਾਈ ਸੀ ਉਹਦੇ ਤਹਿਤ ਬੈਠ ਕੇ ਅਸੀਂ ਅੱਜ ਵਿਚਾਰਾਂ ਕੀਤੀਆਂ, ਕਿਉਂਕਿ 6 ਤਰੀਕ ਤੱਕ ਨੋਮੀਨੇਸ਼ਨ ਹੋਣੀ ਆ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਡੇ ਸਿੱਖ ਕੌਮ ਦੇ ਸਰਕਰਦਾ ਬਹੁਤ ਵੱਡੇ ਆਗੂ ਵੀ ਆ, ਜਿਹੜੇ ਲੰਬੇ ਅਰਸੇ ਤੋਂ ਆਪ ਵੀ ਜਿਸ ਵੇਲੇ ਇਲੈਕਸ਼ਨ ਲੜੀ ਤੇ ਜੇਲ੍ਹ ਦੇ ਵਿੱਚ ਸੀ ਅਤੇ ਉਦੋਂ ਲਗਭਗ 4.5 ਲੱਖ ਦੇ ਮਾਰਜਨ ਦੇ ਨਾਲ ਜਿਤਾ ਕੇ ਇਹਨਾਂ ਨੂੰ ਕੌਮ ਨੇ MP ਬਣਾਇਆ ਸੀ। ਸੋ ਉਸੇ ਤਰਜ਼ 'ਤੇ ਅਸੀਂ ਅੱਜ ਵੀ ਯਤਨ ਕਰ ਰਹੇ ਹਾਂ ਕਿ ਜਿਹੜੇ 30-30, 32-32 ਸਾਲ ਦੇ ਅੰਦਰ ਬੈਠੇ ਸਿੰਘ ਉਹਨਾਂ ਦੀ ਰਿਹਾਈ ਵਾਸਤੇ ਸਮੁੱਚੇ ਤੌਰ 'ਤੇ ਪੰਥ ਇੱਕ ਥਾਂ ਇਕੱਤਰ ਹੋ ਕੇ ਇੱਕ ਕੈਂਡੀਡੇਟ ਦੇਵੇ। ਸੋ ਅਸੀਂ ਕੁਛ ਇਹਨਾਂ ਦੇ ਨਾਲ ਵਿਚਾਰਾਂ ਕੀਤੀਆਂ, ਉਹ ਹੁਣ ਆਉਂਦੇ 1-2 ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਮਚਿਓਰ ਹੋ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਫਾਰਮ ਤਾਂ ਭਰਨੇ ਆ, ਫਾਰਮ ਤਾਂ ਭਰਨੇ। ਟਾਈਮ ਥੋੜਾ ਰਹਿ ਗਿਆ, ਸ਼ਨੀ ਐਤਵਾਰ ਦੀ ਛੁੱਟੀ ਆ ਗਈ ਜੀ, ਕੀ ਕਹੋਗੇ? ਕੋਈ ਗੱਲ ਨਹੀਂ, ਤਾਂ ਵੀ ਉਹ ਤੋਂ ਬਾਅਦ ਚੱਲਦਾ ਰਹਿੰਦਾ ਹੁੰਦਾ ਕੰਮ। ਸਿੱਧਰ ਆ ਜਾ, ਆ ਜਾ ਇੱਧਰ ਆ ਜਾ।
ਕੀ ਕਹੋਗੇ ਸੁਖਬੀਰ ਬਾਦਲ ਜੀ ਆਏ ਸੀਗੇ ਤੇ ਪ੍ਰਧਾਨ ਜੀ ਆਏ ਸੀਗੇ ਕੀ ਮੀਟਿੰਗ ਹੋਈ ਹੈ ਕੱਲ ਨੂੰ ਤੁਸੀਂ ਕਾਗਜ਼ ਵੀ ਭਰਨੇ ਨੇ ਬਹੁਤ ਅੱਛੀ ਮੀਟਿੰਗ ਹੋਈ ਹੈ ਜੀ ਕਿ ਇਹ ਪੰਥ ਨੂੰ ਤਕੜਾ ਕਰਨਾ ਆਪਾਂ ਨੇ ਹੁਣ ਜੇ 11 ਤਰੀਕ ਨੂੰ ਸਾਰੀ ਐਸਟੀਪੀਸੀ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀਗੀਆਂ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤੀ ਹੈ ਕਿ ਬੰਦੀਆਂ ਨੂੰ ਆਪਾਂ ਨੇ ਛਡਾਉਣਾ ਤੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਗਈ ਹੈ ਤੇ ਪ੍ਰਾਈਮ ਮਿਨਿਸਟਰ ਤੇ ਇੰਡੀਆ ਤਾਂ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਅਜੇ ਤੱਕ ਜਵਾਬ ਹੀ ਨਹੀਂ ਦਿੱਤਾ ਐਡੇ ਭੂਸੜੇ ਹੋਏ ਆ ਇਹ ਬੀਜੇਪੀ ਤੇ ਆਰਐਸਐਸ ਦੇ ਲੋਕ ਕਿ ਇਹ ਸਿੱਖ ਕੌਮ ਨੂੰ ਜਵਾਬ ਦੇਣ ਤੋਂ ਇਨਕਾਰ ਕਰੀ ਜਾਂਦੇ ਆ ਸੋ ਪੰਥਕ ਏਕਤਾ ਹੋਣੀ ਇਸ ਮੌਕੇ ਦੇ ਉੱਤੇ ਬਹੁਤ ਜ਼ਰੂਰੀ ਹੈ ਅਤੇ ਅਸੀਂ ਸਾਰੀ ਪਾਰਟੀ ਸਪੋਰਟ ਕਰਦੀ ਹੈ ਪੰਥਕ ਏਕਤਾ ਨੂੰ ਪਰ ਜਿਹੜੇ ਮੁੱਦੇ ਹੈਗੇ ਆ ਪੰਥ ਦੇ ਅੱਜ 333 ਦਿਨ ਹੋ ਗਏ ਆ ਅਸੀਂ ਬਰਗਾੜੀ ਦੇ ਮੋਰਚੇ ਦੇ ਵਿੱਚ ਬੈਠੇ ਹਾਂ ਲਗਾਤਾਰ ਕਿ ਬਰਗਾੜੀ ਦਾ ਫੈਸਲਾ ਨਹੀਂ ਹੋ ਰਿਹਾ ਜਿਹੜੇ ਹਾਈਕੋਰਟ ਦੇ ਜੱਜ ਹੈ ਸ਼ੇਖਵਤ ਹੈ ਸਾਗਵਾਨ ਹੈ ਬਜਾਜ ਹੈ ਇਹ ਦੋਸ਼ੀਆਂ ਨੂੰ ਜ਼ਮਾਨਤਾ ਦੇਈ ਜਾਂਦੀ ਹੈ ਅਤੇ ਸਿੱਖਾਂ ਦਾ ਇੱਥੇ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਨੂੰ ਰਗੜਿਆ ਜਾ ਰਿਹਾ ਅਸੀਂ ਅਮੈਰੀਕਾ ਦਾ ਜਿਹੜਾ ਰਿਲੀਜੀਅਸ ਕਮਿਸ਼ਨ ਹੈ ਉਸ ਨੂੰ ਵੀ ਦੱਸਿਆ ਕਿ ਸਾਡੇ ਹੱਕ ਮੁਸਲਮਾਨਾਂ ਦੇ ਇਸਾਈਆਂ ਦੇ ਸਿੱਖਾਂ ਦੇ ਰਗੜੇ ਜਾ ਰਹੇ ਹੈ ਅਤੇ ਅੱਜ ਸਾਨੂੰ ਬਹੁਤ ਅੱਛੀ ਖਬਰ ਆਈ ਹੈ ਕਿ ਅਮੈਰੀਕਾ ਦੇ ਸੈਕਟਰੀ ਆਫ ਸਟੇਟ ਨੇ ਕਿਹਾ ਕਿ ਇੰਡੀਆ ਦੇ ਵਿੱਚ ਧਰਮ ਨੂੰ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਜਿਹੜੀ ਸਾਡੀ ਪਾਰਟੀ ਦੀ ਬਹੁਤ ਜ਼ਿਆਦਾ ਵੱਡੀ ਕਾਮਯਾਬੀ ਹੋਈ ਹੈ ਹੁਣ ਮੁਸਲਮਾਨਾਂ ਦੇ ਬਸਤੀਆਂ ਬੁਲਡੋਜ਼ਰਾਂ ਨਾਲ ਢਾ ਦੇਣੀਆਂ ਥਾਂ ਥਾਂ ਮਸਜਿਦਾਂ ਦੇ ਵਿੱਚ ਰੱਖ ਦੇਣੇ ਕੀ ਉਹਨੂੰ ਕਹਿੰਦੇ ਆ ਸ਼ਿਵ ਇਹ ਸ਼ਿਵਲਿੰਗ ਰੱਖ ਦੇਣੇ ਕਹਿ ਦੇਣਾ ਇਹ ਮਸਜਿਦ ਹੈ ਅਕਾਲ ਤਖ਼ਤ ਸਾਹਿਬ ਅਤੇ ਇਹ ਤਾਜ ਮਹਿਲ 'ਤੇ ਵੀ ਰੱਖ ਤੇ ਕੁਤਬ ਮਿਨਾਰ ਦੇ ਉੱਤੇ ਵੀ ਰੱਖ ਤੇ ਜਿਹੜੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ ਹੈ ਅਜਮੇਰ ਸ਼ਰੀਫ ਉੱਥੇ ਵੀ ਰੱਖ ਤੇ ਮੁਸਲਮਾਨਾਂ ਦੀਆਂ ਬਸਤੀਆਂ ਦੇ ਉੱਤੇ ਬੁਲਡੋਜ਼ਰ ਫੇਰ ਤੇ ਮੱਧ ਪ੍ਰਦੇਸ਼ ਨੇ ਯੂਪੀ ਨੇ ਹਰਿਆਣੇ ਨੇ ਔਰ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਕਸ਼ਮੀਰ ਦੇ ਵਿੱਚ ਇਹਨਾਂ ਨੇ ਕਸ਼ਮੀਰ ਦਾ ਸਟੇਟਸ ਰੱਦ ਕਰਕੇ ਯੂਨੀਅਨ ਟੈਰੀਟਰੀ ਬਣਾਤੀ ਫੌਜ ਦੇ ਹਵਾਲੇ ਕਰਤਾ ਪਰ ਤਾਂ ਵੀ ਉੱਥੋਂ ਦੀਆਂ ਘੱਟ ਗਿਣਤੀਆਂ ਪੰਡਿਤ ਹੈ ਉਹ ਭੱਜੇ ਜਾ ਰਹੇ ਹੈ ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਦਾ ਜ਼ੁਲਮ ਕਰਨ ਦੇ ਨਾਲ ਕਸ਼ਮੀਰ ਦੇ ਵਿੱਚ ਕੀ ਅੱਜ ਫਰਕ ਪਿਆ ਜਿਹੜਾ 5 ਅਗਸਤ 2019 ਦੇ ਵਿੱਚ ਮੋਦੀ ਨੇ ਉੱਥੇ ਕਸ਼ਮੀਰ ਦਾ ਰਾਜ ਭੰਗ ਕਰਕੇ ਅਸੈਂਬਲੀ ਭੰਗ ਕਰਕੇ ਮੁਸਲਮਾਨਾਂ ਦੀ ਅਸੈਂਬਲੀ ਜਮਹੂਰੀਅਤ ਖਤਮ ਕਰਕੇ ਸਿੱਖਾਂ ਦਾ 11 ਸਾਲ ਤੋਂ ਜਿਹੜੀ ਸਾਡੀ ਪਾਰਲੀਮੈਂਟ ਹੈ ਐਸਟੀਪੀਸੀ ਉਹਦੇ ਇਲੈਕਸ਼ਨਸ ਨਹੀਂ ਹੋ ਰਹੇ ਅਤੇ ਲੱਦਾਖ ਨੂੰ ਲਟਾਈ ਜਾਂਦੇ ਹੈ 2020 ਦੇ ਵਿੱਚ ਚੀਨੀ 900 ਕਿਲੋਮੀਟਰ ਅੰਦਰ ਆ ਗਏ ਅਤੇ ਮੇਰਾ ਮਤਲਬ ਹੈ ਕਿ ਇਹ ਸਮਝਦੇ ਕੀ ਹੈ ਯਾਰ ਸਾਨੂੰ ਕਿ ਜੇ ਅਸੀਂ ਚਿੱਠੀ ਲਿਖੀਏ ਪ੍ਰਾਈਮ ਮਿਨਿਸਟਰ ਨੂੰ ਕਿ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ ਸਾਡੇ ਬੰਦੀ 30-30 ਸਾਲਾਂ ਦੇ ਅੰਦਰ ਡੱਕੇ ਹੋਏ ਹੈ ਅਤੇ ਅਜੇ 1984 ਤੋਂ ਬਾਅਦ ਸਾਨੂੰ ਕੋਈ ਇਹ ਜਵਾਬ ਨਹੀਂ ਆਉਂਦਾ ਅਤੇ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਰਹੇ ਹਾਂ ਕਿ ਨਹੀਂ ਇਹ ਸਾਰਾ ਕੁਛ ਕੰਮ ਖਤਮ ਕਰਨਾ ਪਊਗਾ ਮੋਦੀ ਸਾਹਿਬ ਅਤੇ ਬੀਜੇਪੀ ਨੂੰ ਅੱਜ ਮੀਟਿੰਗ ਬਹੁਤ ਇਸੇ ਗੱਲ ਦੇ ਉੱਤੇ ਹੋਈ ਹੈ ਕਿ ਪੰਥ